ਡিয়ার ਸਟੂਡੈਂਟਸ ਵੈਲਕਮ ਟੂ ਆਲ आवर ਟੁਡੇਜ਼ ਟਾਪਿਕ ਇਜ਼ ਰੋਲ ਆਫ ਕਮਿਊਨਿਟੀ ਇਨ ਡਿਵੈਲਪਮੈਂਟ ਆਫ ਐਡੋਲੋਸੈਂਟਸ ਕਿਸ਼ੋਰਾਂ ਦੀ ਜਿਹੜੀ ਡਿਵੈਲਪਮੈਂਟ ਹੈ ਉਹਦੇ ਵਿੱਚ ਜਿਹੜੀ ਸਾਡੀ ਕਮਿਊਨਿਟੀ ਹੈ ਉਹ ਕਿਸ ਤਰ੍ਹਾਂ ਦਾ ਰੋਲ ਪਲੇ ਕਰਦੀ ਹੈ ਅਸੀਂ ਅੱਜ ਉਹਦੇ ਬਾਰੇ ਪੜ੍ਹਾਂਗੇ ਸਭ ਤੋਂ ਪਹਿਲਾਂ ਅਸੀਂ ਕਮਿਊਨਿਟੀ ਕੀ ਹੁੰਦੀ ਹੈ ਉਹਦੇ ਬਾਰੇ ਤੁਹਾਨੂੰ ਦੱਸ ਰਹੇ ਹਾਂ ਦਾ ਵਰਡ ਕਮਿਊਨਿਟੀ ਇਜ਼ ਕੰਪਰਾਈਜ਼ਡ ਆਫ ਦਾ ਟੂ ਵਰਡਸ ਕਮਿਊਨਿਟੀ ਜਿਹੜਾ ਵਰਡ ਹੈ ਉਹ ਦੋ ਸ਼ਬਦਾਂ ਦੇ ਮੇਲ ਤੋਂ ਬਣਿਆ ਹੈ ਕੌਮ ਪਲੱਸ ਮਿਊਨਸ ਕੌਮ ਮੀਨਸ ਟੁਗੇਦਰਨੈਸ ਟੁਗੇਦਰਨੈਸ ਪਾਵ ਇਕੱਠੇ ਇਕੱਠ ਮਿਊਨਸ ਸਿਗਨੀਫਾਈਜ਼ ਟੂ ਸਰਵ ਜਿਹੜਾ ਮਿਊਨਸ ਵਰਡ ਹੈ ਉਹ ਕਿਸ ਚੀਜ਼ ਨੂੰ ਸਿਗਨੀਫਾਈ ਕਰ ਰਿਹਾ ਹੈ ਕਿਸ ਚੀਜ਼ ਵੱਲ ਸੰਕੇਤ ਕਰ ਰਿਹਾ ਹੈ ਸਰਵ ਸਰਵ ਮੀਨਸ ਸੇਵਾ ਕਮਿਊਨਿਟੀ ਦਾ ਮੀਨਸ ਹੋ ਗਿਆ ਇਕੱਠੇ ਹੋ ਕੇ ਜਿਹੜੀ ਸੇਵਾ ਉਹ ਕਰਨੀ a community may be thought of as the total organization of social life within a limited area ਹੁਣ ਜਿਹੜੀ ਅਸੀਂ ਕਮਿਊਨਿਟੀ ਦੀ ਗੱਲ ਕਰਦੇ ਆ ਸੋਸਾਇਟੀ ਦੀ ਗੱਲ ਕਰਦੇ ਆ ਉਹ ਕੀ ਹੁੰਦਾ ਇੱਕ ਇਸ ਤਰ੍ਹਾਂ ਦੀ ਆਰਗੇਨਾਈਜੇਸ਼ਨ ਹੈ ਜਿਹੜੀ ਕਿ ਸਾਡੀ ਸੋਸ਼ਲ ਲਾਈਫ ਦੇ ਨਾਲ ਸੰਬੰਧਿਤ ਹੈ ਤੇ ਇੱਕ ਲਿਮਿਟਿਡ ਏਰੀਆ ਦੇ ਵਿੱਚ ਉਹ ਹੁੰਦੀ ਹੈ ਹੁਣ ਅਸੀਂ ਗੱਲ ਕਰਾਂਗੇ ਰੋਲ ਆਫ ਕਮਿਊਨਿਟੀ ਕਮਿਊਨਿਟੀ ਕਿਹੜੇ-ਕਿਹੜੇ ਜਿਹੜਾ ਰੋਲ ਆ ਉਹ ਪਲੇ ਕਰਦੀ ਹੈ ਪ੍ਰੋਵੀਜ਼ਨ ਆਫ ਯੂਨੀਵਰਸਲ ਐਜੂਕੇਸ਼ਨ ਸਭ ਤੋਂ ਪਹਿਲਾ ਰੋਲ ਇਹ ਹੈ ਕਿ ਇਹ ਸਾਰਿਆਂ ਦੇ ਲਈ ਜਿਹੜੀ ਐਜੂਕੇਸ਼ਨ ਹੈ ਉਹਦੀ ਵਿਵਸਥਾ ਕਰਦੀ ਹੈ ਫਿਜ਼ੀਕਲ ਡਿਵੈਲਪਮੈਂਟ ਇਹ ਜਿਹੜੇ ਐਡੋਲੋਸੈਂਟਸ ਨੇ ਉਹਨਾਂ ਦੀ ਫਿਜ਼ੀਕਲ ਡਿਵੈਲਪਮੈਂਟ ਦੇ ਵਿੱਚ ਵੀ ਹਿੱਸਾ ਪਾਉਂਦੀ ਹੈ ਕਿਉਂਕਿ ਅਸੀਂ ਦੇਖਦੇ ਹਾਂ ਵੀ ਕੁਝ ਕਲੱਬ ਇਸ ਤਰ੍ਹਾਂ ਦੇ ਬਣੇ ਹੁੰਦੇ ਨੇ ਜਿਹੜੇ ਕਿ ਜਿਵੇਂ ਖੇਡਾਂ ਵਗੈਰਾ ਕਰਵਾਉਂਦੇ ਨੇ ਆਰਗੇਨਾਈਜ਼ ਕਰਦੇ ਨੇ ਤਾਂ ਜਦੋਂ ਬੱਚੇ ਉਹਦੇ ਵਿੱਚ ਪਾਰਟਿਸਿਪੇਟ ਕਰਨਗੇ ਤਾਂ ਆਟੋਮੈਟਿਕਲੀ ਉਹਨਾਂ ਦੀ ਜਿਹੜੀ ਫਿਜ਼ੀਕਲ ਡਵੈਲਪਮੈਂਟ ਹੈ ਉਹ ਹੋਏਗੀ। ਬਾਕੀ ਇੱਕੋ ਪਾਰਕ ਵਗੈਰਾ ਹੁੰਦੇ ਨੇ ਕਈ ਕਮਿਊਨਿਟੀ ਏਰੀਆ ਹੁੰਦੇ ਨੇ ਜਿੱਥੇ ਜਿਮ ਵਗੈਰਾ ਵੀ ਬਣਾਏ ਜਾਂਦੇ ਨੇ ਤਾਂ ਕਿ ਜਿਹੜੇ ਬੱਚੇ ਨੇ ਉਹ ਆਪਣੀ ਫਿਜ਼ੀਕਲ ਫਿਟਨੈਸ ਦੇ ਲਈ ਇੱਥੇ ਆਉਣ। ਸੋਸ਼ਲ ਡਵੈਲਪਮੈਂਟ ਸੋਸ਼ਲ ਡਵੈਲਪਮੈਂਟ ਵੀ ਹੁੰਦੀ ਹੈ ਕਿਉਂਕਿ ਜਿਹੜੀ ਸੋਸਾਇਟੀ ਹੈ ਇਸ ਤਰ੍ਹਾਂ ਦੇ ਜਿਹ ਫੰਕਸ਼ਨਸ ਨੇ ਆਰਗੇਨਾਈਜ਼ ਕਰਦੀ ਹੈ ਜਿੱਥੇ ਬੱਚੇ ਪਾਰਟਿਸਿਪੇਟ ਕਰਦੇ ਨੇ ਉਹਨਾਂ ਨੂੰ ਪਤਾ ਲੱਗਦਾ ਹੈ ਕਿ ਹਾਊ ਟੂ ਸਰਵ ਕਿ ਕੰਮ ਹੈ ਜਿਹੜਾ ਉਹ ਕਿਸ ਤਰੀਕੇ ਨਾਲ ਕਰਨਾ ਹੈ ਕਿਸ ਤਰ੍ਹਾਂ ਦੀ ਅਸੀਂ ਉੱਥੇ ਭਾਵਨਾ ਰੱਖ ਕੇ ਜਾਣਾ ਹੈ ਕੈਰੈਕਟਰ ਐਂਡ ਮੋਰਲ ਡਿਵੈਲਪਮੈਂਟ ਇਹਨਾਂ ਜਿਹੜੀ ਕਮਿਊਨਿਟੀ ਉਹ ਬੱਚਿਆਂ ਦੀ ਕੈਰੈਕਟਰ ਤੇ ਮੋਰਲ ਡਿਵੈਲਪਮੈਂਟ ਦੇ ਵਿੱਚ ਵੀ ਆਪਣਾ ਰੋਲ ਪਲੇ ਕਰਦੀ ਹੈ ਕਿਉਂਕਿ ਬੱਚਾ ਸੋਸਾਇਟੀ ਦੇ ਵਿੱਚੋਂ ਹੀ ਸਿੱਖਦਾ ਹੈ ਚੰਗੀਆਂ ਗੱਲਾਂ ਵੀ ਮਾੜੀਆਂ ਗੱਲਾਂ ਵੀ ਬਟ ਜਿਹੜੀ ਕਮਿਊਨਿਟੀ ਐ ਸੋਸਾਇਟੀ ਉਹ ਸਿਖਾਉਂਦੀ ਐ ਬੱਚੇ ਨੂੰ ਕਿ ਉਹਦਾ ਕੈਰੇਕਟਰ ਵੀ ਅੱਛਾ ਹੋਵੇ ਤੇ ਉਹਦੀ ਜਿਹੜੀ ਮੋਰਲ ਡਵੈਲਪਮੈਂਟ ਉਹ ਵੀ ਹੋਵੇ ਕਲਚਰਲ ਡਵੈਲਪਮੈਂਟ ਸੋਸਾਇਟੀ ਦੇ ਵਿੱਚ ਕਿੰਨੇ ਫੰਕਸ਼ਨ ਹੁੰਦੇ ਨੇ ਜਿਹੜੇ ਸਾਡੇ ਕਲਚਰ ਦੇ ਨਾਲ ਸਾਡੇ ਸੱਭਿਆਚਾਰ ਦੇ ਨਾਲ ਸਬੰਧਿਤ ਹੁੰਦੇ ਨੇ ਜਦੋਂ ਬੱਚੇ ਉਹਦੇ ਵਿੱਚ ਪਾਰਟਿਸਿਪੇਟ ਕਰਨਗੇ ਤਾਂ ਉਹਨਾਂ ਦੀ ਜਿਹੜੀ ਕਲਚਰਲ ਡਵੈਲਪਮੈਂਟ ਆ ਉਹ ਹੋਏਗੀ ਵੋਕੇਸ਼ਨਲ ਡਵੈਲਪਮੈਂਟ ਹੁਣ ਸਾਡੀ ਸੋਸਾਇਟੀ ਐ ਕਮਿਊਨਿਟੀ ਉਹਦੇ ਵਿੱਚ ਕਿੰਨੇ ਤਰ੍ਹਾਂ ਦੇ ਕੰਮ ਹੁੰਦੇ ਨੇ ਵੋਕੇਸ਼ਨਸ ਹੁੰਦੇ ਨੇ ਤੇ ਜਦੋਂ ਬੱਚੇ ਉਹਨਾਂ ਦੇ ਨਾਲ ਜੁੜਦੇ ਨੇ ਤੇ ਉਸ ਤੋਂ ਬਾਅਦ ਉਹਨੂੰ ਐਜ਼ ਅ profession ਵੀ ਅਡਾਪਟ ਕਰ ਲੈਂਦੇ ਨੇ ਤਾਂ ਇਹ ਨਾਲ ਉਹਨਾਂ ਬੱਚਿਆਂ ਦੀ ਜਿਹੜੀ ਵੋਕੇਸ਼ਨਲ ਡਵੈਲਪਮੈਂਟ ਹੈ ਉਹ ਹੁੰਦੀ ਰਹਿੰਦੀ ਹੈ ਪ੍ਰੋਵਾਈਡਸ ਪੋਲੀਟੀਕਲ ਆਈਡੀਆਜ਼ ਜਿਹੜੀ ਸੋਸਾਇਟੀ ਹੈ ਕਮਿਊਨਿਟੀ ਹੈ ਉਹ ਸਾਨੂੰ ਪੋਲੀਟੀਕਲ ਆਈਡੀਆਜ਼ ਵੀ ਦਿੰਦੀ ਹੈ ਕਿਸ ਤਰ੍ਹਾਂ ਦਿੰਦੀ ਹੈ ਜਦੋਂ ਕੋਈ ਵੀ ਜਿਹੜਾ ਪ੍ਰੋਗਰਾਮ ਹੈ ਆਰਗੇਨਾਈਜ਼ ਕੀਤਾ ਜਾਂਦਾ ਹੈ ਤਾਂ ਉੱਥੇ ਬੱਚਿਆਂ ਨੂੰ ਪਾਰਟਿਸਿਪੇਟ ਕਰਨ ਦਾ ਮੌਕਾ ਮਿਲਦਾ ਹੈ ਬੋਲਣ ਦਾ ਮੌਕਾ ਮਿਲਦਾ ਹੈ ਤਾਂ ਉਹਦੇ ਅਕੋਰਡਿੰਗ ਜਿਹੜੇ ਬੱਚੇ ਦੇਖੋ ਦੂਸਰਿਆਂ ਦੇ ਵਿਚਾਰ ਸੁਣਦੇ ਵੀ ਨੇ ਤੇ ਆਪਣੇ ਵਿਚਾਰ ਉੱਥੇ ਦੇਣਗੇ ਵੀ ਤਾਂ ਇਹ ਨਾਲ ਬੱਚੇ ਨੂੰ ਪਤਾ ਲੱਗ ਜਾਂਦਾ ਹੈ ਕਿ ਕਿਸ ਤਰ੍ਹਾਂ ਅਸੀਂ ਜਿਹੜੇ ਅੱਛੇ ਲੀਡਰ ਆ ਉਹ ਬਣ ਸਕਦੇ ਆ ਤੇ ਵੈਸੇ ਵੀ ਕਮਿਊਨਿਟੀ ਦੇ ਵਿੱਚ ਅਲੱਗ-ਅਲੱਗ ਤਰ੍ਹਾਂ ਦੇ ਲੀਡਰ ਆਉਂਦੇ ਰਹਿੰਦੇ ਨੇ ਆਪਣੇ ਆਪਣੇ ਜਿਹੜੇ ਵਿਚਾਰ ਦਿੰਦੇ ਨੇ ਤੇ ਉਹ ਦੇ ਅਕੋਰਡਿੰਗ ਬੱਚੇ ਉੱਥੋਂ ਵੀ ਜਿਹੜੇ ਪੋਲੀਟੀਕਲ ਆਈਡੀਆਜ਼ ਨੇ ਉਹ ਲੈਂਦੇ ਨੇ ਫਾਰਮੇਸ਼ਨ ਆਫ ਸੂਟੇਬਲ ਕਲਾਈਮੇਟ ਜਿਹੜਾ ਸੂਟੇਬਲ ਕਲਾਈਮੇਟ ਹੈ ਅੱਛਾ ਵਾਤਾਵਰਣ ਹੈ ਉਹ ਵੀ ਜਿਹੜੀ ਕਮਿਊਨਿਟੀ ਹੈ ਉਹ ਪ੍ਰੋਵਾਈਡ ਕਰਦੀ ਹੈ ਪ੍ਰਿਜ਼ਰਵੇਸ਼ਨ ਆਫ ਟਰੈਡੀਸ਼ਨਸ ਐਂਡ ਕਨਵੈਨਸ਼ਨਸ ਬਾਕੀ ਜਿਹੜੀਆਂ ਸਾਡੀਆਂ ਰੀਤੀ ਰਿਵਾਜ ਨੇ ਪੁਰਾਣੇ ਉਹਨਾਂ ਨੂੰ ਵੀ ਜਿਹੜੀ ਸੋਸਾਇਟੀ ਹੈ ਉਹ ਪ੍ਰੀਜ਼ਰਵ ਕਰਕੇ ਰੱਖਦੀ ਹੈ ਤੇ ਉਹ ਅਗਲੀ ਪੀੜ੍ਹੀ ਤੱਕ ਪਹੁੰਚਦੇ ਕਰਦੀ ਹੈ ਇਨਕਲੂਕੇਸ਼ਨ ਆਫ ਮੋਰਲ ਐਂਡ ਸਪਿਰਚੁਅਲ ਵੈਲਿਊਜ਼ ਇਹ ਬੱਚਿਆਂ ਦੇ ਵਿੱਚ ਮੋਰਲ ਤੇ ਜਿਹੜੀਆਂ ਸਪਿਰਚੁਅਲ ਵੈਲਿਊਜ਼ ਨੇ ਉਹ ਵੀ ਪੈਦਾ ਕਰਦੀ ਹੈ ਕਿਉਂਕਿ ਅਲੱਗ-ਅਲੱਗ ਤਰ੍ਹਾਂ ਦੇ ਜਿਹੜੀਆਂ ਐਕਟੀਵਿਟੀਜ਼ ਆਰਗੇਨਾਈਜ਼ ਕੀਤੀਆਂ ਜਾਂਦੀਆਂ ਨੇ ਉਹਦੇ ਨਾਲ ਬੱਚਿਆਂ ਦੇ ਵਿੱਚ ਜਿਹੜੀ ਮੋਰਲ ਤੇ ਜਿਹੜੀਆਂ ਸਪਿਰਚੁਅਲ ਵੈਲਿਊਜ਼ ਨੇ ਉਹ ਪੈਦਾ ਹੁੰਦੀਆਂ ਨੇ ਐਸਟੈਬਲਿਸ਼ਮੈਂਟ ਆਫ ਪਬਲਿਕ ਲਾਇਬ੍ਰੇਰੀਜ਼ ਬੱਚਿਆਂ ਨੂੰ ਪੜ੍ਹਨ ਦੇ ਲਈ ਜਿਹੜੀਆਂ ਪਬਲਿਕ ਲਾਇਬ੍ਰੇਰੀਜ਼ ਨੇ ਉਹ ਵੀ ਕਮਿਊਨਿਟੀ ਵੱਲੋਂ ਐਸਟੈਬਲਿਸ਼ ਕੀਤੀਆਂ ਜਾਂਦੇ ਨੇ ਬਣਾਈਆਂ ਜਾਂਦੀਆਂ ਨੇ ਤਾਂ ਜੋ ਜਿਹੜੇ ਬੱਚੇ ਨੇ ਅੱਛੀਆਂ ਬੁੱਕਸ ਪੜ੍ਹਨ ਅੱਛਾ ਲਿਟਰੇਚਰ ਪੜ੍ਹਨ ਤੇ ਵਧੀਆ ਇਨਸਾਨ ਬਣਨ ਕੋਆਰਡੀਨੇਸ਼ਨ ਅਮੰਗ ਡਿਫਰੈਂਟ ਏਜੰਸੀਜ਼ ਆਫ ਐਜੂਕੇਸ਼ਨ ਐਜੂਕੇਸ਼ਨ ਦੇ ਜਿਹੜੀਆਂ ਡਿਫਰੈਂਟ ਏਜੰਸੀਜ਼ ਨੇ ਜਿਹੜੀਆਂ ਕਿ ਬੱਚਿਆਂ ਨੂੰ ਐਜੂਕੇਸ਼ਨ ਪ੍ਰੋਵਾਈਡ ਕਰਦੀਆਂ ਨੇ ਉਹਨਾਂ ਦੇ ਵਿੱਚ ਵੀ ਜਿਹੜੀ ਕਮਿਊਨਿਟੀ ਹੈ ਉਹ ਤਾਲਮੇਲ ਬਣਾ ਕੇ ਰੱਖਣ ਦਾ ਕੰਮ ਕਰਦੀ ਹੈ 올 ਅਰਾਊਂਡ ਡਿਵੈਲਪਮੈਂਟ ਆਫ ਦਾ ਇੰਡੀਵਿਜੂਅਲ ਇਹ ਜਿਹੜੇ ਇੰਡੀਵਿਜੂਅਲ ਹਰ ਇੱਕ ਵਿਅਕਤੀ ਦੀ ਜਿਹੜੀ 올 ਆਊਂਡ ਡਵੈਲਪਮੈਂਟ ਹੈ ਹਰ ਪੱਖੋਂ ਵਿਕਾਸ ਦਾ ਕੰਮ ਵੀ ਕਰਦੀ ਹੈ ਡਵੈਲਪਮੈਂਟ ਆਫ ਸਿਟੀਜ਼ਨਸ਼ਿਪ ਇਹ ਅੱਛੇ ਨਾਗਰਿਕ ਬਣਾਉਣ ਦੇ ਲਈ ਵੀ ਆਪਣਾ ਜਿਹੜਾ ਰੋਲ ਹੈ ਉਹ ਪਲੇ ਕਰਦੀ ਹੈ ਕਿਉਂਕਿ ਕੋਈ ਵੀ ਜਿਹੜੀ ਕਮਿਊਨਿਟੀ ਹੈ ਇਹ ਨਹੀਂ ਚਾਹੁੰਦੀ ਹੁੰਦੀ ਕਿ ਉੱਥੋਂ ਜਿਹੜੇ ਬੱਚੇ ਨੇ ਨਾਗਰਿਕ ਨੇ ਉਹ ਵਧੀਆ ਨਾ ਬਣਨ ਇਸ ਕਰਕੇ ਕਮਿਊਨਿਟੀ ਦੇ ਵਿੱਚ ਮੋਸਟਲੀ ਜਿਹੜਾ ਸਾਰਾ ਕੁਝ ਹੈ ਅੱਛਾ ਅੱਛਾ ਹੀ ਆਰਗੇਨਾਈਜ਼ ਕੀਤਾ ਜਾਂਦਾ ਹੈ provides effective learning ਤੇ ਜਿਹੜੀ ਕਮਿਊਨਿਟੀ ਹੈ ਉਹ ਬੱਚਿਆਂ ਨੂੰ ਜਿਹੜੀ ਇਫੈਕਟਿਵ ਲਰਨਿੰਗ ਪ੍ਰਭਾਵਸ਼ਾਲੀ ਸਿੱਖਣ ਵੀ ਪ੍ਰੋਵਾਈਡ ਕਰਦੀ ਹੈ ਰੀਅਲ ਲਾਈਫ ਐਕਸਪੀਰੀਅੰਸਸ ਕਮਿਊਨਿਟੀ ਸਾਨੂੰ ਅਸਲ ਜਿਹੜੀ ਜ਼ਿੰਦਗੀ ਦੇ ਤਜਰਬੇ ਨੇ ਉਹ ਸਿਖਾਉਂਦੀ ਹੈ ਅਸੀਂ ਕੁਝ ਵੀ ਸਿੱਖਣਾ ਹੈ ਤਾਂ ਅਸੀਂ ਕਮਿਊਨਿਟੀ ਤੋਂ ਸੋਸਾਇਟੀ ਤੋਂ ਸਿੱਖਦੇ ਹਾਂ ਉਥੋਂ ਦਾ ਜਿਹੜਾ ਐਕਸਪੀਰੀਅੰਸ ਹੁੰਦਾ ਉਹਦੇ ਅਕੋਰਡਿੰਗ ਹੀ ਅੱਗੋਂ ਅਸੀਂ ਜਿਹੜੀ ਡੀਲਿੰਗ ਆ ਉਹ ਕਰਦੇ ਆ ਤੇ ਉਹਦੇ ਅਕੋਰਡਿੰਗ ਹੀ ਸਾਡੀਆਂ ਜਿਹੜੇ ਐਕਟੀਵਿਟੀਜ਼ ਨੇ ਉਹ ਹੁੰਦੀਆਂ ਨੇ ਫਾਰਮੂਲੇਸ਼ਨ ਆਫ ਏਮਸ ਇਹ ਏਮਸ ਨੂੰ ਵੀ ਫਾਰਮੂਲੇਟ ਕਰਦੀ ਹੈ ਬਣਾਉਂਦੀ ਹੈ ਇਸ ਤਰ ਹਰ ਵਿਅਕਤੀ ਦਾ ਵੱਖਰਾ ਵੱਖਰਾ ਏਮ ਹੁੰਦਾ ਹੈ ਬਟ ਕੁਝ ਏਮਸ ਐਦਾਂ ਦੇ ਹੁੰਦੇ ਨੇ ਜਿਹੜੇ ਕਿ ਅਸੀਂ ਸੁਸਾਇਟੀ ਦੇ ਵਿੱਚ ਕੁਝ ਜਿਹੜੇ ਪਰਸਨਸ ਨੇ ਉਹਨਾਂ ਨੂੰ ਐਜ਼ ਏ ਹੀਰੋ ਮੰਨ ਕੇ ਆਪਣੀ ਜਿਹੜੀ ਲਾਈਫ ਦੇ ਏਮ ਹੈ ਉਹਨਾਂ ਨੂੰ ਅਸੀਂ ਡਿਵੈਲਪ ਕਰ ਸਕਦੇ ਆਂ ਜਿਹੜੇ ਕਮਿਊਨਿਟੀ ਏਮਸ ਬਣਾਉਂਦੀ ਹੈ ਉਹ ਹੁੰਦਾ ਇਹ ਸਾਰਿਆਂ ਨੂੰ ਐਜੂਕੇਸ਼ਨ ਦੇਣਾ ਸਾਰਿਆਂ ਨੂੰ ਅੱਛੇ ਇਨਸਾਨ ਬਣਾਉਣਾ ਇਸ ਤਰੀਕੇ ਦਾ ਕੰਟਰੋਲ ਔਨ ਐਜੂਕੇਸ਼ਨ ਅਗਲਾ ਜਿਹੜਾ ਵਰਕ ਹੈ ਜਾਂ ਜਿਹੜਾ ਰੋਲ ਹੈ ਕਮਿਊਨਿਟੀ ਦਾ ਉਹ ਹੈ ਵੀ ਇਹ ਐਜੂਕੇਸ਼ਨ ਦੇ ਉੱਪਰ ਵੀ ਕੰਟਰੋਲ ਕਰਦੀ ਹੈ ਕਿਸ ਤਰੀਕੇ ਨਾਲ ਕਰਦੀ ਹੈ ਕਮਿਊਨਿਟੀ ਦੇ ਮੈਂਬਰ ਹੀ ਸਕੂਲ ਦੀ ਜਿਹੜੀ ਕਮੇਟੀ ਹੁੰਦੀ ਹੈ ਉਹਦੇ ਮੈਂਬਰ ਹੁੰਦੇ ਨੇ ਤੇ ਉਹਨਾਂ ਦੇ ਨਾਲ ਰਲ ਕੇ ਜਿਹੜੇ ਫੈਸਲੇ ਨੇ ਉਹ ਲਏ ਜਾਂਦੇ ਨੇ ਤੇ ਜੇਕਰ ਕਿਸੇ ਫੈਸਲੇ ਨਾਲ ਉਹ ਕਮਿਊਨਿਟੀ ਦੇ ਮੈਂਬਰ ਐਗਰੀ ਨਹੀਂ ਹੁੰਦੇ ਤਾਂ ਉਹਦੇ ਅਕੋਰਡਿੰਗ ਉਹਨੂੰ ਉੱਥੇ ਹੀ ਰੋਕ ਦਿੱਤਾ ਜਾਂਦਾ ਹੈ। ਇਹਨਾਂ ਨਾਲ ਕੀ ਹੈ ਵੀ ਜਿਹੜੀ ਕਮਿਊਨਿਟੀ ਹੈ ਉਹ ਐਜੂਕੇਸ਼ਨ ਦੇ ਉੱਪਰ ਵੀ ਕੰਟਰੋਲ ਕਰਦੀ ਹੈ। ਪ੍ਰੋਵੀਜ਼ਨ ਆਫ ਇਕੁਅਲ ਅਪਰਚੂਨਿਟੀ ਇਹ ਸਾਰਿਆਂ ਜਿਹੜੀ ਇਕੁਅਲ ਅਪਰਚੂਨਿਟੀ ਹੈ ਉਹ ਵੀ ਪ੍ਰੋਵਾਈਡ ਕਰਦੀ ਹੈ। ਕਿਉਂਕਿ ਸਿੱਖਣ ਦੇ ਜਿਹੜੇ ਮੌਕੇ ਨੇ ਜਾਂ ਕਿਤੇ ਵੀ ਐਕਟੀਵਿਟੀ ਦੇ ਵਿੱਚ ਪਾਰਟਿਸਪੇਟ ਕਰਨ ਦੇ ਮੌਕੇ ਨੇ ਉਹ ਸਾਰਿਆਂ ਨੂੰ ਇਕੁਅਲ ਹੀ ਮਿਲਦੇ ਨੇ। ਸਟੂਡੈਂਟਸ ਮੈਂ ਉਮੀਦ ਕਰਦੀ ਆਂ ਕਿ ਵੀਡੀਓ ਵੀ ਤੁਹਾਡੇ ਲਈ ਹੈਲਪਫੁਲ ਰਹੇਗੀ ਤੇ ਤੁਸੀਂ ਨੈਕਸਟ ਵੀਡੀਓ ਦੇ ਮੇਰੇ ਨਾਲ ਜੁੜੇ ਰਹੋ ਥੈਂਕਸ ਫॉर ਵਾਚਿੰਗ